ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕਾਜ਼ੀਕੋਟ ਵਿਖੇ ਇੱਕ ਘਰ ਦੇ ਵਿੱਚ ਲੱਗੀ ਪਾਣੀ ਵਾਲੀ ਮੋਟਰ ਦੇ ਵਿੱਚੋਂ ਗਰਮ ਪਾਣੀ ਨਿਕਲਣ ਦਾ ਮਾਮਲਾ ਸਾਹਮਣੇ ਆਇਆ। ਪਾਣੀ ਗਰਮ ਆਉਣ ਦੇ ਨਾਲ ਘਰ ਵਾਲੇ ਡਰ ਮਹਿਸੂਸ ਕਰ ਰਹੇ ਨੇ ਕਿ ਕਿਤੇ ਸਾਡੇ ਘਰ ਦੇ ਥੱਲੇ ਧਰਤੀ ਵਿੱਚ ਗਰਮੀ ਤਾਂ ਨਹੀਂ ਪੈਦਾ ਹੋ ਰਹੀ। ਪਾਣੀ ਇੰਨਾ ਗਰਮ ਹੈ ਕਿ ਗਲਾਸ ਦੇ ਵਿੱਚ ਚਾਹ ਪੱਤੀ ਪਾਈ ਗਈ ਤਾਂ ਉਹ ਇੱਕ ਮਿੰਟ ਦੇ ਵਿੱਚ ਘੁਲ ਗਈ ਅਤੇ ਰੰਗ ਆ ਗਿਆ। ਪੂਰੇ ਪਿੰਡ ਦੇ ਵਿੱਚ ਮੋਟਰਾਂ ਪਾਣੀ ਵਾਲੀਆਂ ਲੱਗੀਆਂ ਹੋਈਆਂ ਨੇ, ਪਰ ਇਸ ਚਰਨ ਸਿੰਘ ਦੇ ਘਰ ਦੇ ਵਿੱਚ ਹੀ ਪਾਣੀ ਗਰਮ ਨਿਕਲ ਰਿਹਾ ਹੈ। ਚਰਨ ਸਿੰਘ ਦੇ ਪਰਿਵਾਰ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਪਾਣੀ ਦੀ ਜਾਂਚ ਕੀਤੀ ਜਾਵੇ। ਦੋ ਦਿਨ ਹੋ ਗਏ ਪਾਣੀ ਬੜਾ ਗਰਮ ਆਉਂਦਾ। ਅੱਛਾ, ਅਸੀਂ ਠੰਡਾ ਪਾਣੀ ਪਾ ਕੇ ਨਹਾਉਂਦੇ, ਇਹ ਤਾਂ ਚਾਹ ਵਰਗਾ ਹੋ ਗਿਆ ਲੱਗਦਾ। ਤੇ ਤੁਹਾਨੂੰ ਸੱਦਿਆ, ਇਹ ਪਤਾ ਕਰਨਾ ਚਾਹੀਦਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ। ਚਰਨ ਸਿੰਘ ਕਾਜ਼ੀਕੋਟ, ਚਲੋ ਪਾਣੀ ਥੱਲੇ ਗਰਮ ਆਉਂਦਾ, ਅੱਜ ਦੋ ਦਿਨ ਹੋ ਗਿਆ ਜੀ ਲੱਗਦਾ ਸਾਨੂੰ ਬਾਵਾ ਗਰਮ ਆ ਜੀ। ਚਾਹ ਜਿਸ ਤਰ੍ਹਾਂ ਹੱਥ ਕਹੇ ਹੱਥ ਵੀ ਨਹੀਂ ਪੈਂਦਾ, ਇੰਨਾ ਗਰਮ ਹੋ ਜਾਂਦਾ। ਮੇਰਾ ਹਾਲ 120 ਆ, 120 ਫੁੱਟ। ਬਾਕੀ ਹੋਰ ਕਿਸੇ ਦਾ ਵੀ ਗਰਮ ਇੱਥੇ ਪਾਣੀ ਜਾਂ ਤੁਹਾਡੇ ਹੀ? ਸਾਡੇ ਹੀ ਆ, ਹੋਰ ਨਹੀਂ ਕਿਸੇ ਦਾ। ਅੱਛਾ, ਅਤੇ ਇਹ ਤੁਹਾਨੂੰ ਕੋਈ ਖਤਰਾ ਲੱਗਦਾ ਇਹਦੇ ਨਾਲ ਕਿ ਪਾਣੀ ਇੰਨਾ ਗਰਮ ਜਿਹੜਾ ਆਉਣ ਦਿਆ ਵੇ? ਆਹੋ ਜੀ, ਖਤਰਾ ਹੀ ਆ ਕਿ ਜਿਹੜਾ ਪਾਣੀ ਇੰਨਾ ਗਰਮ ਆਉਂਦਾ। ਨਾ ਪਾਉਂਦੇ ਜੀ ਉਹਦੇ ਕਿ ਨਹੀਂ ਨਾ ਪਾਉਂਦੇ? ਨਹੀਂ ਨਹਾਉਂਦੇ ਨਹੀਂ ਆ ਪਾਵੇ। ਸਾਡੇ ਇਹ ਨੁਕਸਾਨ ਆ ਜੀ ਗਰਮ ਪਾਣੀ ਦਾ, ਅਤੇ ਪਾਣੀ ਅਸੀਂ ਜਦੋਂ ਨਹਾਉਂਦੇ ਹਾਂ ਨਾ ਠੰਡਾ ਪਾ ਕੇ ਬਣਾਉਂਦੇ ਹਾਂ, ਸਾਨੂੰ ਨੁਕਸਾਨ ਆ ਜੀ ਇਹਦਾ। ਹੁਣ ਜਿਵੇਂ ਚਾਹ ਜਿਵੇਂ ਪੱਤੀ ਵਿੱਚ ਪਾਈ ਸੀ ਅਤੇ ਉਹਦਾ ਰੰਗ ਕਿਸ ਤਰ੍ਹਾਂ ਦਾ ਹੋ ਗਿਆ? ਉਹ ਜੀ ਰਿੱਝ ਗਿਆ ਸੀ ਚਾਹ ਵਰਗਾ। ਇਹ ਜਾਂਚ ਹੋਣੀ ਚਾਹੀਦੀ ਪਾਣੀ ਦੀ? ਪਾਣੀ ਦੀ ਜਾਂਚ ਹੋਣੀ ਚਾਹੀਦੀ। ਤੁਹਾਡੇ ਵੱਲੋਂ ਮੈਨੂੰ ਧਿਆਨ 'ਚ ਲਿਆਂਦਾ ਗਿਆ ਕਿ ਇਸ ਤਰ੍ਹਾਂ ਕੋਈ ਕਿਸੇ ਦੇ ਘਰ ਦੇ ਵਿੱਚ ਕਾਜ਼ੀਕੋਟ ਦੇ ਵਿੱਚ ਪਾਣੀ ਸਮਰਸੀਬਲ ਪੰਪ ਦੇ ਵਿੱਚੋਂ ਜਿਹੜਾ ਹੈ ਉਹ ਪਾਣੀ ਉਬਲਦਾ ਪਾਣੀ ਜਿਹੜਾ ਉਹ ਨਿਕਲ ਰਿਹਾ। ਧਰਤੀ ਦੇ ਹੇਠ ਜਿਹੜੇ ਲੇਅਰਸ ਹੁੰਦੀਆਂ ਨੇ, ਕਈ ਵਾਰੀ ਉਹਨਾਂ ਵਿੱਚ ਕੋਈ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਹੁੰਦੀਆਂ ਨੇ, ਇਹ ਮੈਟਰ ਜਿਹੜਾ ਹੈ ਸਾਇੰਟੀਫਿਕ ਪ੍ਰੂਵ ਵਾਲਾ ਹੈ, ਇਹਦੇ ਵਿੱਚ ਜਿਹੜੀ ਸਾਇੰਟੀਫਿਕ ਤੌਰ 'ਤੇ ਤਹਿਕੀਕਾਤ ਕਰਨ ਵਾਲੀ ਜ਼ਰੂਰੀ ਹੈ। ਸੋ ਸਾਡੇ ਧਿਆਨ ਜਦੋਂ ਹੀ ਅਸੀਂ ਤੁਸੀਂ ਲਿਆਂਦਾ, ਅਸੀਂ ਵੀ ਆਪਣੇ ਸਟਾਫ ਤੋਂ ਫਿਰ ਵਿੱਚ ਵੈਰੀਫਾਈ ਕਰਾ ਲੈਂਦੇ ਹਾਂ, ਕਰਾ ਕੇ ਅਸੀਂ ਸੰਬੰਧਿਤ ਜਿਹੜੀ ਹੈ ਇਸ ਘਟਨਾ ਬਾਰੇ PAU ਨੂੰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿਓਲੋਜੀ ਡਿਪਾਰਟਮੈਂਟ ਹੈਗਾ ਜਿਹੜਾ ਧਰਤੀ ਥੱਲੇ ਸਟੱਡੀ ਕਰਦਾ ਹੈ ਲੇਅਰਸ ਦੀ ਵਗੈਰਾ ਦੀ, ਅਸੀਂ ਉਹਨਾਂ ਨੂੰ ਇੱਕ ਕੇਸ ਭੇਜ ਦੇਵਾਂਗੇ ਤਾਂ ਕਿ ਉਹਨਾਂ ਦੇ ਜਿਹੜੇ ਸਾਇੰਟਿਸਟ ਨੇ ਉਹ ਵੀ ਆ ਕੇ ਇਸ ਚੀਜ਼ ਨੂੰ ਦੇਖਣ। ਮੇਰਾ ਨਾਮ ਕੁਲਵੰਤ ਕੌਰ ਜੀ, ਕਾਜ਼ੀਕੋਟ ਪਿੰਡ ਹੈ। ਇਹਨਾਂ ਦੇ ਗਵਾਂਢ ਆ। ਕੀ ਨਾਮ ਇਹਨਾਂ ਦਾ ਜਿਹੜੇ ਗਵਾਂਢੀਆਂ ਦਾ? ਚਰਨ ਸਿੰਘ ਫੌਜੀ। ਇਹਨਾਂ ਦੇ ਮੋਟਰ 'ਚੋਂ ਦੋ ਅੱਜ ਤੀਜਾ ਦਿਨ ਆ ਅਤੇ ਪਾਣੀ ਬਹੁਤ ਗਰਮ ਆ ਰਿਹਾ ਅਤੇ ਪਾਣੀ ਪੀ ਵੀ ਨਹੀਂ ਸਕਦੇ, ਨਾ ਆ ਸਕਦੇ, ਗਰਮੀ ਦਾ ਟਾਈਮ ਆ ਅਤੇ ਉਹਦੇ ਕਰਕੇ ਇਹਨਾਂ ਨੂੰ ਬਹੁਤ ਮੁਸ਼ਕਲ ਪ੍ਰੋਬਲਮ ਆ ਰਹੀ ਆ। ਸਾਡੇ ਤੇ ਮੋਟਰਾਂ 'ਚ ਠੰਡਾ ਪਾਣੀ ਆ ਅਤੇ ਇਹਨਾਂ ਦਾ ਤੇ ਪਾਣੀ ਬਿਲਕੁਲ ਬਹੁਤ ਉਬਲਿਆ ਜਿਹਾ, ਚਾਹ ਵੀ ਰਿੱਝ ਜਾਣੀ, ਚਾਹ ਵੀ ਘੁਲ ਜਾਣੀ। ਹਾਂਜੀ, ਪਾਣੀ ਦੀ ਜਾਂਚ ਹੋਣੀ ਚਾਹੀਦੀ ਆ, ਵੇਖਿਆ ਜਾਵੇ ਕਿ ਕੀ ਆ ਧਰਤੀ ਦੇ ਥੱਲੇ, ਕੀ ਉਹ ਕੀ ਗੱਲ ਆ ਇਸ ਤਰ੍ਹਾਂ। ਇਕੱਲੇ ਇਸੇ ਘਰ 'ਚ? ਹਾਂਜੀ, ਇਕੱਲੇ ਇਸ ਘਰ 'ਚ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ TV।